ਅਕਾਲੀ ਦਲ ਨੂੰ ਬਚਾਉਣਾ ਚਾਹੁੰਦੀ ਹੈ ਕਾਂਗਰਸ। ਫੂਲਕਾ। ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ SS ਫੂਲਕਾ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ ਬੋਲਦਿਆਂ ਕਿਹਾ ਕਿ ਇਸ ਨੂੰ ਲੈ ਕੇ ਕਾਂਗਰਸ ਸਰਕਾਰ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੀ ਹੈ। ਅਸੀਂ ਅੱਜ ਮੰਗ ਕੀਤੀ ਕਿ ਜਿਹੜੀ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆ ਉਹ ਅੱਜ ਹੀ ਟੇਬਲ ਕੀਤੀ ਜਾਵੇ ਅਤੇ ਅੱਜ ਹੀ ਦਿੱਤੀ ਜਾਵੇ ਤਾਂ ਕਿ ਦੋ ਦਿਨ ਦਾ ਟਾਈਮ ਪੜ੍ਹ ਤੋਂ ਮਿਲ ਜੇ। ਉਹ ਸਾਡੀ ਮੰਗ ਇਹਨਾਂ ਨੇ ਨਹੀਂ ਮੰਨੀ ਅਤੇ ਇਹ ਹੁਣ ਬੜੀ ਇਹ ਅਫਸੋਸ ਦੀ ਗੱਲ ਆ ਕਿ ਉਸੇ 26 ਤਰੀਕ ਨੂੰ ਰਿਪੋਰਟ ਦੇਣਗੇ, 500-600 ਪੇਜਸ ਦੀ, ਪੜ੍ਹਨ ਦਾ ਟਾਈਮ ਵੀ ਨਹੀਂ ਦਿੱਤਾ ਅਤੇ ਨਾਲ ਦੀ ਨਾਲ ਹੀ ਉਹ 'ਤੇ ਬਹਿਸ। ਇਹ ਇੱਕ ਤਰ੍ਹਾਂ ਦਾ ਮਜ਼ਾਕ, ਪੰਜਾਬ ਦਾ ਐਡਾ ਵੱਡਾ ਮੁੱਦਾ, ਇਹ ਲੱਗਦਾ ਕਿ ਕਾਂਗਰਸ ਪੂਰੀ ਤਰ੍ਹਾਂ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੀ ਹੈ। ਇਹ ਦੋਨੇ ਰਲ ਮਿਲ ਕੇ ਇਹ ਸਾਜ਼ਿਸ਼ਾਂ ਕਰ ਰਹੇ ਆ, ਪੰਜਾਬ ਨਾਲ ਮਜ਼ਾਕ ਕਰ ਰਹੇ ਆ। ਇਹ ਰਿਪੋਰਟ ਨੂੰ ਦੇਖ ਕੇ ਪੂਰਾ ਟਾਈਮ ਮਿਲਣਾ ਚਾਹੀਦਾ ਰਿਪੋਰਟ ਦੇ ਉੱਪਰ ਬਹਿਸ ਦੇ ਵਾਸਤੇ।